सतनाम वाहगुरु साहिब जीओ। श्लोक महला पहला। पुरखां निरखां तीर्थां तट्टां मेघां खेतां दीपालुआ मंडलां खंडा वर कंडां। पुरखां निरखां तीर्थां तट्टां मेघां खेतां दीपालोआ मंडला खंडा वर पंडा। अंडज जेरज उत्पुजा खानी सेत जहां सो मित जाने नानका सरा मेरा जनता। नानक जंत उपाय कै संभाले सब नहा जिन करता है करना किया चिंता भी करनी ता। सो करता चिंता करे जिन उपाया जग तिस जोहारी स्वस्थ तिस तिस दिमान पग। नानक सच्चे नाम बिन क्या टिका क्या तग। सो करता चिंता करे जिन उपाया जग तिस जोहारी स्वस्थ तिस तिस दीवान अकग। नानक सच्चे नाम बिन क्या टिका क्या तग। वाहगुरु जी का खालसा वाहगुरु जी की। गुरगद्दी ते सुभाईमान सरबतन जी वालदा जी रहकर शब्द गुरु धन 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 साहिब श्री गुरु ग्रंथ साहिब जी महाराज पातशाह जी के पावन चरणा अंदर सुशोभित हो बैठे गुरु सवारे सत संगी जी विड़भागे हो अमृतमय बाणी का रस पिना कीर्तन। गुरु के कीर्तनीय भाई साहब भाई मेजर सिंह जी शांत वरंद जत्थे पासों आप बड़े ही प्यार अमृत साहब सरवण कर रहे थे। अमृतमय बाणी के कीर्तन उपरंत रोजाना की तरह चल रही लड़ी वार आसा की वार की बाणी की विचार के नाल सांझ पाइए। साहिब जी के वचनों नाल सांझ पाउण तों पहलां आप सब माई भाई मनां नूं गुरु चरणां विच एकाग्रत करो सुरतियां नूं गुरु शब्द नाल जोड़ो। बड़ी ही प्यार अदब साहिब रसनी आवाज विच उच्चारण करो जी सतनाम श्री वाहिगुरु जी। सतगुरु गुरु नानक साहिब पातशाह जी के मुखारजन तों उच्चारण अठवीं पौड़ी की विचार आरंभ है जिसके तहत पहला दो श्लोक ने गुरु नानक साहिब जी दे ते पहले श्लोक अंदर सतगुरु पातशाह जी ने अज महरामत की थी कि परमेश्वर जी ने इन्नी वड्डी कायनात नूं बनाया ते उन्हें केवल बना के छाड़ी दी बिरदा इहदी संभाल भी करता है। असीं अपने घर के प्रति अपने कमरे के प्रति भावे जिन्ने मर्जी सुचेत होइए पर साडे कोल उन्नी ज्यादा साडी याददाश्त नहीं है कि असीं अपने घर की एक एक चीज नूं जान सकीए। एक वड्डे सारे घर नूं ते दूर एक छोटे जे कमरे विच जिहदे विच मैं रहिंदा होवां वसदा होवां मैं बिना उस कमरे में गया बाहर बैठ के जो लिखना शुरू कर दिया मेरे कमरे में केड़ी केड़ी चीज है मैं सारिया नहीं लिख सकता। मेरे उस कमरे में किन्ने कु वस्त्र ने किन्निया कु किताबा ने
ਕਿੰਨੇ ਕੁ ਰੰਗ ਵਿਖਰੇ ਹੋਏ ਨੇ, ਕਿਹੜੀ ਚੀਜ਼ ਕਿਹੜੀ ਰੰਗ ਦੀ ਹੈ, ਕਿਸ ਚੀਜ਼ ਦਾ ਕਿੰਨਾ ਭਾਰ ਹੈ, ਕਿੰਨਾ ਉਹਦਾ ਆਕਾਰ ਹੈ। ਮੈਂ ਆਪਣੇ ਛੋਟੇ ਜਿਹੇ ਕਮਰੇ ਦੀਆਂ ਵੀ ਸਾਰੀਆਂ ਚੀਜ਼ਾਂ ਨਹੀਂ ਚੰਗੀ ਤਰ੍ਹਾਂ ਜਾਣਦਾ, ਇੰਨੀਆਂ ਚੀਜ਼ਾਂ ਨੇ ਮੇਰੇ ਕਮਰੇ ਵਿੱਚ। ਮਨੁੱਖ ਆਪਣੇ ਕਮਰੇ ਦੀਆਂ ਵੀ ਸਾਰੀਆਂ ਚੀਜ਼ਾਂ ਬਾਰੇ ਨਾ ਜਾਣਦਾ, ਨਾ ਉਹਨੂੰ ਗਿਣਤੀ ਦਾ ਪਤਾ ਹੈ, ਨਾ ਉਹਨੂੰ ਮਿਣਤੀ ਦਾ ਪਤਾ ਹੈ। ਪਰਮੇਸ਼ਰ ਜਿਹਨੇ ਇੱਡੀ ਵੱਡੀ ਕਾਇਨਾਤ ਬਣਾਈ, ਉਹਦੀ ਕਾਇਨਾਤ ਵਿੱਚ ਕਿੰਨੀਆਂ ਧਰਤੀਆਂ ਨੇ, ਕਿੰਨੇ ਸੂਰਜ, ਕਿੰਨੇ ਚੰਦ, ਕਿੰਨੇ ਗ੍ਰਹਿ, ਕਿੰਨੇ ਉਪਗ੍ਰਹਿ, ਕਿੰਨੇ ਕੁ ਤਾਰੇ, ਔਰ ਉਹਦੀਆਂ ਧਰਤੀਆਂ ਤੇ ਕਿੰਨੇ ਕੁ ਦਰਖਤ ਨੇ, ਕਿੰਨੇ ਕੁ ਪਹਾੜ ਨੇ, ਕਿੰਨੇ ਦਰਿਆ ਨੇ, ਕਿੰਨੇ ਸਾਗਰ ਨੇ, ਕਿੰਨੇ ਜੀਵ ਜੰਤੂ ਨੇ, ਪਸ਼ੂ ਨੇ, ਪੰਛੀ ਨੇ, ਕਿੰਨੇ ਮਨੁੱਖ ਨੇ, ਕਿੰਨੇ ਦੀਪ ਨੇ, ਹਰ ਚੀਜ਼ ਦੀ ਉਹ ਗਿਣਤੀ ਮਿਣਤੀ ਨੂੰ ਜਾਣਦਾ ਹੈ। ਜਿਹਨੇ ਕਾਇਨਾਤ ਨੂੰ ਸਿਰਜਿਆ ਹੈ ਉਹ ਆਪਣੀ ਕਾਇਨਾਤ ਦੀ ਮਿਣਤੀ ਬਾਰੇ ਜਾਣਦਾ ਹੈ, ਇਹਦੀ ਮਿਣਤੀ ਕਿੰਨੀ ਕੁ ਹੈ। ਸਤਿਗੁਰੂ ਜੀ ਦੇ ਬਚਨ, ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾਂ ਖੇਤਾਂ ਦੀਪਾਂ ਲੋਵਾਂ ਮੰਡਲਾਂ ਖੰਡਾਂ ਪਰਪੰਡਾਂ। ਪੁਰਖਾਂ ਮੈਨੇ ਕਿੰਨੇ ਕੁ ਪੁਰਖ ਨੇ, ਕਿੰਨੇ ਕੁ ਜੀਵ ਮਨੁੱਖ ਨੇ, ਬਿਰਖਾਂ ਮੈਨੇ ਇਸ ਧਰਤੀ ਦੇ ਕਿੰਨੇ ਕੁ ਦਰਖਤ ਨੇ। ਔਰ ਕੇਵਲ ਮਿੱਤ ਜਾਣਨ ਦੀ ਹੀ ਗੱਲ ਨਹੀਂ ਇਹਦੇ ਵਿੱਚ, ਸੋ ਮਿੱਤ ਜਾਣੇ ਨਾਨਕਾ ਮਿੱਤ, ਮੈਨੇ ਮਿਣਤੀ ਕਿੰਨੀ ਕੁ ਇਹਦੀ ਗਿਣਤੀ ਮਿਣਤੀ, ਕਿੰਨੀਆਂ ਕੁ ਗਿਣਤੀ ਦੇ ਵਿੱਚ ਮਨੁੱਖ ਨੇ, ਜਾਂ ਕਿੰਨੇ ਕੁ ਪਦਾਰਥਾਂ ਦੇ ਆਕਾਰ ਨੇ, ਉਹਨਾਂ ਦੀ ਮਿਣਤੀ ਮਾਪ ਕਿੰਨਾ ਹੈ। ਉਹ ਕੇਵਲ ਮਿੱਤ ਹੀ ਨਹੀਂ ਜਾਣਦਾ, ਉਹਨਾਂ ਦੀ ਰੋਜ਼ੀ ਦਾ ਵੀ ਪ੍ਰਬੰਧ ਰੱਖ ਰਿਹਾ ਹੈ। ਪੁਰਖਾਂ ਦੀ ਰੋਜ਼ੀ ਦਾ ਉਹਨੂੰ ਪਤਾ ਹੈ, ਇੱਕ ਮਨੁੱਖ ਦੀ ਰੋਜ਼ੀ ਵੀ ਸਮੇਂ ਮੁਤਾਬਕ ਉਹ ਵੀ ਬਦਲ ਜਾਂਦੀ ਹੈ। ਜੇ ਬਚਪਨ ਵਿੱਚ ਛੋਟੇ ਬੱਚੇ ਦੀ ਲੋੜ ਦੁੱਧ ਹੈ, ਜਿਵੇਂ ਜਿਵੇਂ ਵੱਡਾ ਹੁੰਦਾ ਉਹਦੀ ਲੋੜ ਅਨਾਜ ਵੀ ਬਣ ਜਾਂਦੀ ਹੈ, ਹੋਰ ਪਦਾਰਥ ਵੀ ਹੋ ਜਾਂਦੇ ਨੇ। ਜਵਾਨ ਦੀ ਖੁਰਾਕ ਵੱਖਰੀ ਹੈ, ਬਜ਼ੁਰਗ ਦੀ ਖੁਰਾਕ ਹੋਰ ਵੱਖਰੀ ਹੋ ਜਾਂਦੀ ਹੈ। ਬਾਹਰ ਦੀ ਵਸਥਾ ਕੁਝ ਤਿਆਰ ਹੈ ਦੁੱਧ, ਭਰ ਜੋਬਨ ਭੋਜਨ ਸੁੱਖ ਸੂਝ, ਬਿਰਧ ਪਿਆ ਉੱਪਰ ਸਾਖ ਸਹਿਣ, ਮੁੱਖ ਅਪਿਆਓ ਬੈਠ ਕੋ ਦੇਣ, ਬਜ਼ੁਰਗ ਹੋ ਜਾਂਦਾ ਬੈਠੇ ਨੂੰ ਸਾਰਾ ਕੁਝ ਚਾਹੀਦਾ। ਮਨੁੱਖ ਦੀ ਲੋੜ ਵੱਖਰੀ ਹੈ, ਦਰਖਤਾਂ ਦੀ ਬਨਸਪਤੀ ਦੀ ਲੋੜ ਵੱਖਰੀ ਹੈ। ਪਰਮੇਸ਼ਰ ਨੂੰ ਪਤਾ ਹੈ ਕਿ ਬਨਸਪਤੀ ਨੂੰ ਆਕਸੀਜਨ ਵੀ ਚਾਹੀਦੀ ਹੈ, ਪਾਣੀ ਵੀ ਚਾਹੀਦਾ, ਖਣਿਜ ਵੀ ਚਾਹੀਦੇ ਨੇ, ਧਰਤੀ ਚੋਂ ਤੱਤ ਚਾਹੀਦੇ ਨੇ, ਉਹਨੂੰ ਸੂਰਜ ਦੀ ਰੋਸ਼ਨੀ ਵੀ ਚਾਹੀਦੀ ਹੈ। ਹਰ ਚੀਜ਼ ਦੀ ਜਿਹੜੀ ਕਾਇਨਾਤ ਵਿੱਚ ਪਰਮੇਸ਼ਰ ਨੇ ਸਿਰਜੀ, ਉਹਦੀ ਲੋੜ ਵੀ ਨਾਲੋ ਨਾਲ ਪੂਰੀ ਕੀਤੀ। ਲੋੜ ਤਾਂ ਪੂਰੀ ਕੀਤੀ ਕਿਉਂਕਿ ਉਹਨੂੰ ਪਤਾ ਹੈ ਮੈਂ ਕਿਹੜੀ ਚੀਜ਼ ਬਣਾਈ ਹੈ, ਉਹਦੀ ਸੰਭਾਲ ਵੀ ਕਰਦਾ ਹੈ। ਕਿੰਨੇ ਕੁ ਪੁਰਖ ਨੇ ਇਸ ਕਾਇਨਾਤ ਦੇ ਵਿੱਚ, ਮਨੁੱਖ ਕਿੰਨੇ ਨੇ, ਦਰਖਤ ਕਿੰਨੇ ਨੇ, ਪੁਰਖਾਂ ਬਿਰਖਾਂ ਤੀਰਥਾਂ ਕਿੰਨੇ ਕੁ ਤੀਰਥ ਨੇ, ਕਿੰਨੇ ਕੁ ਤੱਟ ਨੇ, ਕਿੰਨੇ ਕੁ ਆਸਮਾਨ ਤੇ ਉੱਡਣ ਵਾਲੇ ਬੱਦਲ ਆਦਿਕ ਨੇ, ਤੱਟਾਂ ਮੇਘਾਂ ਖੇਤਾਂ, ਕਿੰਨੇ ਕੁ ਖੇਤ ਨੇ ਇਸ ਕਾਇਨਾਤ ਦੇ ਵਿੱਚ, ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਪੰਡਾਂ। ਸਾਗਰਾਂ ਵਿੱਚ ਕਿੰਨੇ ਕੁ ਦੀਪ ਨੇ, ਟਾਪੂ ਨੇ, ਕਿੰਨੇ ਕੁ ਲੋਹਾ ਮੈਨੇ ਲੋਕ ਨੇ, ਕਿੰਨੀਆਂ ਦੁਨੀਆਂ ਹੋਰ ਨੇ ਇਸ ਕਾਇਨਾਤ ਵਿੱਚ, ਕਿੰਨੀਆਂ ਨੇ ਉਹ ਮੇਰਾ ਮਾਲਕ ਜਾਣਦਾ। ਮੰਡਲਾਂ ਕਿੰਨੇ ਕੁ ਮੰਡਲ ਨੇ, ਖੰਡ ਮੈਨੇ ਸ੍ਰਿਸ਼ਟੀ ਦੇ ਹਿੱਸੇ, ਬ੍ਰਹਿਮੰਡ ਮੈਨੇ ਪੂਰੀ ਸ੍ਰਿਸ਼ਟੀ, ਤੇ ਹੋਰ ਪਤਾ ਨੀ ਕਿੰਨੇ ਕੁ ਬ੍ਰਹਿਮੰਡ, ਸ੍ਰਿਸ਼ਟੀ ਵੀ ਇੱਕ ਨਹੀਂ, ਉੱਥੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਕਰੋੜਾਂ ਬ੍ਰਹਿਮੰਡਾਂ ਦਾ ਉਹ ਮਾਲਕ ਹੈ। ਦੀਪਾਂ ਲੋਹਾਂ ਮੰਡਲਾਂ ਖੰਡਾਂ ਬਰਪੰਡਾਂ, ਅੰਡਜ ਜੇਰਜ ਉਤ ਭੁਜਾ ਖਾਣੀ ਸੇਤ ਜਾ। ਉਹਦੀਆਂ ਖਾਣੀਆਂ ਵਿੱਚ ਕਿੰਨੇ ਕੁ ਅੰਡਜ ਨੇ, ਕਿੰਨੇ ਕੁ ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਕਿੰਨੇ ਕੁ ਜੇਰਜ ਜੀਵ ਨੇ, ਕਿੰਨੇ ਕੁ ਬਨਸਪਤੀ ਦੇ ਰੂਪ ਵਿੱਚ ਪੈਦਾ ਹੋਣ ਵਾਲੇ ਉਤ ਭੁਜ ਨੇ, ਕਿੰਨੇ ਕੁ ਸੇਤਜ ਜੀਵ ਨੇ, ਉਹਨੂੰ ਪਤਾ ਹੈ। ਸੇਤਜ ਦੇ ਅਰਥ ਜਿਵੇਂ ਆਮ ਵਿਦਵਾਨ ਕਰਦੇ ਨੇ ਕਿ ਮੈਲ ਤੋਂ ਗੰਦਗੀ ਤੋਂ ਪੈਦਾ ਹੋਣ ਵਾਲੇ ਜੀਵ, ਪਸੀਨੇ ਤੋਂ ਪੈਦਾ ਹੋਣ ਵਾਲੇ। ਪਰ ਇੱਕ ਵਿਦਵਾਨ ਨੇ ਬੜਾ ਵਧੀਆ ਅਰਥ ਕੀਤਾ ਸੇਤਜ ਦਾ, ਜਿਵੇਂ ਅਸੀਂ ਪੜ੍ਹਦੇ ਹਾਂ ਨਾ ਸਾਹਿਬਾਂ ਨੂੰ, ਸਹਿ ਮੈਨੇ ਸਵੈਮ ਆਪਣੇ ਆਪ ਤੋਂ, ਭੰਗ ਮੈਨੇ ਪ੍ਰਕਾਸ਼ ਆਪਣੇ ਆਪੇ ਤੋਂ ਪ੍ਰਕਾਸ਼, ਤੇ ਉਸ ਵਿਦਵਾਨ ਨੇ ਅਰਥ ਕੀਤਾ ਸੇ ਤਦ ਮੈਨੇ, ਸੇ ਮੈਨੇ ਸਵੈਮ ਆਪਣੇ ਆਪ ਤੋਂ, ਤਦ ਮੈਨੇ ਵੱਖਰਾ ਕਰਕੇ, ਆਪਣੇ ਆਪ ਤੋਂ ਵੱਖਰਾ ਕਰਕੇ ਇੱਕ ਨਵੇਂ ਜੀਵ ਨੂੰ ਪੈਦਾ ਕਰ ਦੇਣਾ ਹੈ, ਇਹ ਖਾਣੀ।
ਦੋ ਇੱਕ ਜੀਵ ਹੈ ਜਿਹਦੇ ਵਿੱਚ ਨਰ ਮਾਦਾ ਨਾਂ ਦੀ ਕੋਈ ਚੀਜ਼ ਨਹੀਂ, ਜਦੋਂ ਉਹਨੂੰ ਕੱਟ ਦਿੱਤਾ ਉਹ ਦੋ ਜੀਵ ਹੋ ਗਏ, ਉਹਨਾਂ ਦੋਵਾਂ ਨੂੰ ਕੱਟਿਆ ਚਾਰ ਹੋ ਗਏ, ਜਾਂ ਉਹਨੇ ਆਪਣੇ ਆਪ ਨੂੰ ਆਪਣੇ ਆਪ ਤੋਂ ਆਪ ਹੀ ਅਲੱਗਾ ਕਰ ਦਿੱਤਾ ਦੋ ਜੀਵ ਹੋ ਗਏ, ਜਾਂ ਕਿਸੇ ਬਨਸਪਤੀ ਦੀ ਟਾਹਣੀ ਕੱਟ ਜ਼ਮੀਨ ਵਿੱਚ ਗੜ ਦਿੱਤੀ ਉਹਦੇ ਤੋਂ ਅਲੱਗ ਹੋਇਆ ਉਹਦੇ ਤੋਂ ਇੱਕ ਵੱਖਰੀ ਰਚਨਾ ਸ਼ੁਰੂ ਹੋ ਗਈ, ਸਵੈਮ ਤੋਂ ਆਪਣੇ ਆਪ ਤੋਂ ਤਦ ਕੇ। ਵੈਸੇ ਸਨਾਤਨ ਮਤ ਦੇ ਮੁਤਾਬਕ ਚਾਰ ਖਾਣੀਆਂ ਨੇ, ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਪੁੱਛ ਕੇ ਦੇਖੋ ਉਹ ਆਖਦੇ ਨੇ ਕਿਤੀਆਂ ਖਾਣੀ ਕਿਤੀਆਂ ਬਾਣੀ ਕਿਤੇ ਪਾਤ ਨਰਿੰਦ, ਕਿੰਨੀਆਂ ਕੁ ਤੇਰੀਆਂ ਖਾਣੀਆਂ ਨੇ ਮਨੁੱਖ ਅੰਦਾਜ਼ਾ ਨਹੀਂ ਲਾ ਸਕਦਾ। ਅਮੈਰੀਕਾ ਨੇ ਇੱਕ ਦਰਖਤ ਲੱਭਿਆ, ਉਹਦਾ ਨਾਮ ਹੈ ਰੇਡਵੁੱਡ, ਔਰ ਬਨਸਪਤੀ ਦੀ ਪਛਾਣ ਇਹ ਹੈ ਕਿ ਉਹਦੇ ਵਿੱਚ ਅੱਗ ਹੁੰਦੀ ਹੈ, ਬਾਹਰੋਂ ਅੱਗ ਬਨਸਪਤੀ ਨੂੰ ਲਗਾਓ ਅੰਦਰ ਦੀ ਅੱਗ ਲੱਕੜ ਚੋਂ ਉਜਾਗਰ ਹੋ ਜਾਂਦੀ ਹੈ, ਜਿਹਨੂੰ ਗੁਰਬਾਣੀ ਨੇ ਕਹਿ ਦਿੱਤਾ ਸਗਲ ਬਨਸਪਤੀ ਮੈਂ ਬਸੰਤਰ। ਪਰ ਉਹ ਰੇਡਵੁੱਡ ਐਸਾ ਇੱਕ ਪੌਦਾ ਜਿਹੜਾ ਅੱਗ ਚ ਸੜਦਾ ਨਹੀਂ ਹੈ, ਜਿਹਦੇ ਅੰਦਰ ਅੱਗ ਨਹੀਂ ਹੈ, ਔਰ ਉਹਨਾਂ ਸਾਇੰਟਿਸਟਾਂ ਨੂੰ ਕਹਿਣਾ ਪੈ ਗਿਆ ਜੀ ਇਹ ਵੱਖਰੀ ਖਾਣੀ ਦਾ ਦਰਖਤ ਹੈ, ਇਹ ਉਤਪੁੱਜ ਖਾਣੀ ਦਾ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਾਲਕਾ ਤੇਰੀਆਂ ਖਾਣੀਆਂ ਕਿੰਨੀਆਂ ਕੁ ਨੇ ਤੂੰ ਆਪ ਜਾਣਦਾ। ਲੋਕ ਚਾਰ ਬਾਣੀਆਂ ਮੰਨਦੇ ਨੇ, ਬੈਠਰੀ ਮਧਮਾ ਬਸੰਤੀ ਪਰਾ, ਪਰ ਕਿੰਨੀਆਂ ਕੁ ਬਾਣੀਆਂ ਨੇ ਸਿਰਫ ਤੂੰ ਜਾਣਦਾ। ਕਿਤੀਆਂ ਖਾਣੀ ਕਿਤੀਆਂ ਬਾਣੀ ਕਿਤੇ ਪਾਪ ਨਰਿੰਦਰ, ਤੈਨੂੰ ਪਤਾ ਅੰਡਜ ਜੇਰਜ ਉਤਪੁੱਜਾ, ਖਾਣੀ ਸਿਹਤ ਜਾ ਸੋ ਮਿਤ ਜਾਣੇ ਨਾਨਕਾ, ਸਰਾਂ ਮੀਰਾਂ ਜਨਤਾ। ਕਿੰਨੀਆਂ ਕੁ ਸਰਾਵਾਂ ਨੇ ਮੇਰ ਮੈਨੇ ਕਾਇਨਾਤ ਵਿੱਚ, ਕਿੰਨੇ ਕੁ ਪਹਾੜ ਨੇ, ਕਿੰਨੇ ਕੁ ਜੀਵ ਜੰਤ ਨੇ, ਮੇਰਾ ਮਾਲਕ ਸਾਰਿਆਂ ਦੀ ਮਿਣਤੀ ਗਿਣਤੀ ਜਾਣਦਾ, ਉਹਨੂੰ ਸਾਰਿਆਂ ਦੀ ਮਿਣਤੀ ਦਾ ਪਤਾ ਹੈ। ਕਿਉਂਕਿ ਉਸ ਕਰਤਾਰ ਨੇ ਜਿਸ ਚੀਜ਼ ਨੂੰ ਪੈਦਾ ਕੀਤਾ ਉਹਨੂੰ ਆਪਣੀ ਨਜ਼ਰ ਵਿੱਚ ਵੀ ਰੱਖਿਆ, ਆਪਣੇ ਧਿਆਨ ਵਿੱਚ ਵੀ ਰੱਖਿਆ, ਉਹਦੀ ਸੰਭਾਲ ਵੀ ਕੀਤੀ, ਫਿਰ ਉਹਦੀ ਪਾਲਣਾ ਵੀ ਕੀਤੀ। ਕੇਵਲ ਉਹਨੇ ਪੈਦਾ ਨਹੀਂ ਕੀਤਾ, ਨਾਲ ਸੰਭਾਲਿਆ ਵੀ। ਨਾਨਕ ਜੰਤ ਉਪਾਇਕ ਹੈ ਸੰਭਾਲੇ ਸਭਨਾ। ਹੇ ਨਾਨਕ, ਪਰਮੇਸ਼ਵਰ ਨੇ ਜਨਤਾ ਨੂੰ ਪੈਦਾ ਕਰਕੇ ਉਹਨਾਂ ਸਾਰਿਆਂ ਨੂੰ ਸੰਭਾਲ ਵੀ ਲਿਆ, ਸੰਭਾਲਣ ਦਾ ਭਾਵ ਉਹਨਾਂ ਦੀ ਰੋਜ਼ੀ ਦਾ ਵੀ ਪ੍ਰਬੰਧ ਕੀਤਾ। ਜਿਨ ਕਰਤਾ ਕਰਨਾ ਕੀਆ ਚਿੰਤਾ ਵੀ ਕਰਨੀ ਚਿੰਤਾ ਵੇ ਕਰਨੀ ਤਾਹਾ। ਜਿਸ ਮਾਲਕ ਨੇ ਇਸ ਪੂਰੀ ਕਾਇਨਾਤ ਕਰਨੇ ਨੂੰ ਬਣਾਇਆ, ਕਹਿਣ ਲੱਗੇ ਉਹਦੀ ਚਿੰਤਾ ਵੀ ਕਰਦਾ ਹੈ, ਸੰਭਾਲ ਵੀ ਕਰਦਾ ਹੈ। ਮਨੁੱਖ ਦਾ ਕੋਈ ਸੁਭਾਅ ਉਹ ਆਪਣੀ ਰੋਜ਼ੀ ਦੀ ਖਾਤਰ ਚਿੰਤਾ ਤੁਰ ਹੋ ਜਾਂਦਾ ਹੈ, ਚਿੰਤਾ ਕਰਨ ਲੱਗ ਜਾਂਦਾ, ਕੀ ਬਣੇਗਾ ਮੇਰੀ ਰੋਜ਼ੀ ਦਾ, ਕੀ ਬਣੇਗਾ ਮੇਰੀ ਰੋਟੀ ਦਾ, ਕੀ ਬਣੇਗਾ ਮੇਰੇ ਬੱਚਿਆਂ ਦਾ। ਤੇ ਸਤਿਗੁਰੂ ਨੇ ਬਾਣੀ ਚ ਇੱਕ ਬਚਨ ਕਿਹਾ ਸੀ, ਕਾਹੇ ਰੇ ਮਨ ਚਿੱਤ ਦਾ ਉਦਮ ਜਾਂ ਆ ਹਰ ਹਰ ਜੀਵ ਭਰਿਆ। ਮੈਨਾਂ ਕਿਉਂ ਉਦਮ ਚਿੱਤ ਵਧਾਇਆ, ਉਦਮ ਕਰਨ ਦੀ ਗੱਲ ਨਹੀਂ ਕਹੀ ਵੀ ਉਦਮ ਨਾ ਕਰ, ਬਲਕਿ ਕਹਿ ਦਿੱਤਾ ਉਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਦ, ਉਦਮ ਕਰ। ਪਰ ਕਾਹੇ ਰੇ ਮਨ ਚਿਤਵੇਂ ਉਦਮ, ਚਿਤਵੇਂ ਉਦਮ ਦਾ ਮਤਲਬ ਉਦਮ ਦੀ ਚਿੰਤਾ ਕਰੀ ਜਾਣੀ, ਕੀ ਬਣੇਗਾ ਰੋਜ਼ੀ ਦਾ, ਕੀ ਬਣੇਗਾ ਰੋਟੀ ਦਾ, ਚਿੰਤਾ ਕਰੀ ਜਾਣੀ। ਕਹਿਣ ਲੱਗੇ ਚਿੰਤਾ ਨਾ ਕਰੀ, ਉਦਮ ਕਰਨਾ ਤੇਰਾ ਕੰਮ ਹੈ, ਰੋਜ਼ੀ ਦੇਣਾ ਮਾਲਕ ਦਾ ਕੰਮ ਹੈ, ਤੂੰ ਚਿੰਤਾ ਕਰਨ ਦੀ ਬਜਾਏ ਉਦਮ ਕਰ ਲਿਆ ਕਰ। ਚਿੰਤਾ ਨਾ ਕਰੀ, ਕਿਉਂਕਿ ਜਿਸ ਮਾਲਕ ਨੇ ਕਾਇਨਾਤ ਨੂੰ ਪੈਦਾ ਕੀਤਾ ਉਹ ਚਿੰਤਾ ਕਰਦਾ ਹੈ, ਜਿਨ ਕਰਤਾ ਕਰਨਾ ਕੀਆ ਚਿੰਤਾ ਫਿਕਰ ਨਹੀਂ ਤਾਂ, ਉਹਨੂੰ ਚਿੰਤਾ ਆਪਣੀ ਕਾਇਨਾਤ ਦੀ, ਉਹ ਫਿਕਰ ਕਰਦਾ, ਉਹ ਸੰਭਾਲ ਕਰਦਾ ਕਾਇਨਾਤ ਦੀ। ਮਨਾ ਤੂੰ ਕਿਉਂ ਡੋਲ ਜਾਂਦਾ ਹੈ, ਜਦੋਂ ਮਾਤਾ ਦੇ ਉਦਮ ਦੇ ਵਿੱਚ ਭੋਜਨ ਮੰਗ ਨਹੀਂ ਸੀ ਸਕਦਾ, ਅੱਗ ਵਿੱਚ ਪਿਆ ਸੈ, ਪਰਮੇਸ਼ਰ ਉਦੋਂ ਵੀ ਰਿਜ਼ਕ ਦਿੰਦਾ ਰਿਹਾ। ਮਾਤਾ ਕੇ ਉਦਮ ਮੈਂ ਪ੍ਰਤਪਾਲ ਕਰੇ ਸੋ ਕਿਉਂ ਮੈਨੂੰ ਵਿਖਾਰੀ ਹੈ, ਮੈਨੂੰ ਕਿਉਂ ਵਿਖਾਰੀ ਹੈ, ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਕਿਉਂ ਚਿੰਤਾ ਕਰਦਾ। ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖੈ ਐਸਾ ਖਤਮ ਹਮਾਰਾ। ਭਗਤ ਨਾ ਜੀ ਦਾ ਵਚਨ, ਉਹਨਾਂ ਤਿੰਨ ਉਦਾਹਰਨਾਂ ਵਰਤੀਆਂ। ਕਹਿਣ ਲੱਗੇ ਮਨਾ ਕਿਉਂ ਤੂੰ ਚਿੰਤਾ ਕਰਦਾ, ਰੱਬ ਚਿੰਤਾ ਕਰਨ ਵਾਲਾ ਹੈ, ਉਸ ਪਰਮੇਸ਼ਰ ਨੇ ਸਾਰੀ ਕਾਇਨਾਤ ਨੂੰ ਸੰਭਾਲਿਆ। ਪਹਿਲੀ ਉਦਾਹਰਨ ਦਿੱਤੀ ਮਾਤਾ ਦੇ ਉਦਰ ਦੀ, ਦੂਸਰੀ ਉਦਾਹਰਨ ਦਿੱਤੀ ਕਹਿਣ ਲੱਗੇ ਪਾਣੀ ਦੇ ਵਿੱਚੋਂ ਕੱਛੂ ਕੁੰਮੀ ਨੇ ਬਾਹਰ ਬਰੇਤੇ ਤੇ ਅੰਡੇ ਦਿੱਤੇ, ਆਪ ਪਾਣੀ ਚ ਚਲੀ ਗਈ, ਅੰਡਿਆਂ ਦੇ ਵਿੱਚੋਂ ਉਸ ਕੁੰਮੀ ਦੇ ਬੱਚਿਆਂ ਨੇ ਜਨਮ ਲਿਆ, ਉਹਨਾਂ ਕੋਲ ਪੀਣ ਵਾਸਤੇ ਦੁੱਧ ਨਹੀਂ।
ਨਾ ਉਸ ਤਪਦੀ ਰੇਤ ਦੇ ਆਲੇ ਦੁਆਲੇ ਚੁਗਣ ਵਾਸਤੇ ਉਹਨਾਂ ਕੋਲ ਚੋਗਾ, ਉਹਨਾਂ ਕੋਲ ਖੰਭ ਵੀ ਨਹੀਂ ਕਿ ਉੱਡ ਕੇ ਆਪਣਾ ਚੋਗਾ ਹੀ ਲੱਭ ਲੈਣ। ਮੇਰੇ ਮਾਲਕ ਨੇ ਉਹਨਾਂ ਦੀ ਵੀ ਰੋਜ਼ੀ ਦਾ ਪ੍ਰਬੰਧ ਕੀਤਾ। ਤੀਜੀ ਉਦਾਹਰਨ ਦਿੱਤੀ, ਕਹਿੰਦੇ ਕਿ ਪੱਥਰ ਦਾ ਕੀੜਾ ਜਿਸ ਪੱਥਰ ਦਾ ਕੋਈ ਦਰਵਾਜ਼ਾ ਨਹੀਂ, ਬਾਰੀ ਨਹੀਂ, ਉਹਦੇ ਅੰਦਰ ਵੀ ਜੀਵ ਪਲਦਾ ਹੈ। ਮਾਲਕ ਨੇ ਉਹਦੇ ਲਈ ਵੀ ਰੋਜ਼ੀ ਦਾ ਪ੍ਰਬੰਧ ਕੀਤਾ। ਮੈਨਾ ਤੂੰ ਕਿਉਂ ਘਬਰਾ ਜਾਂਦਾ, ਰੇ ਚਿਤ ਚਿਤ ਸਕੀਨਾ ਦਿਆਲ ਦਮੋਦਰ ਬਿਵੇ ਨਾ ਜਾਣਸ ਕੋਈ, ਜੇ ਧਾਵੇਂ ਖੰਡ ਬ੍ਰਹਿਮੰਡ ਕੋ ਕਰਤਾ ਕਰੇ ਸੋ ਹੋਈ, ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਬੇ ਆਹਾਰ ਅਗਨ ਮੈਂ ਰੱਖੈ ਐਸਾ ਖਸਮ ਹਮਾਰਾ। ਮੇਰਾ ਮਾਲਕ ਅੱਗ ਵਿੱਚ ਪਏ ਮਾਤਾ ਦੀ ਉਧਰ ਵਿਚਲੇ ਜੀਵ ਨੂੰ ਰੋਜ਼ੀ ਦਿੰਦਾ। ਇਹਦੇ ਤੋਂ ਇਲਾਵਾ ਕੁੰਮੀ ਜਲ ਨਹੀਂ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀਂ। ਕੁੰਮੀ ਦੇ ਬੱਚੇ ਬਾਹਰ ਰੇਤ ਤੇ ਨੇ, ਕੁੰਮੀ ਪਾਣੀ ਦੇ ਵਿੱਚ ਹੈ, ਉਹਨਾਂ ਬੱਚਿਆਂ ਕੋਲ ਪੀਣ ਵਾਸਤੇ ਖੀਰ ਮੈਨੇ ਦੁੱਧ ਨਹੀਂ, ਉਹਨਾਂ ਕੋਲ ਖੰਭ ਨਹੀਂ ਉੱਡ ਕੇ ਚੋਗਾ ਲੱਭ ਲੈਣ, ਉਹਨਾਂ ਕੋਲ ਪਰ ਵੀ ਨਹੀਂ। ਕੁੰਮੀ ਜਲ ਮੈਨੇ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀਂ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਪਾਖਣ ਕੀਟ ਗੁਪਤ ਹੋਏ ਰਹਿਤਾ ਸਾਚੋ ਮਾਰਗ ਨਾਹੀਂ। ਪੱਥਰ ਦਾ ਕੀੜਾ ਪੱਥਰ ਵਿੱਚ ਵੱਸਦਾ ਹੈ, ਜਿਹਦਾ ਕੋਈ ਦਰਵਾਜ਼ਾ ਬਾਰੀ ਨਹੀਂ, ਰੱਬ ਉਹਨੂੰ ਰਿਜ਼ਕ ਦੇਈ ਜਾਂਦਾ ਹੈ। ਨਾ ਕਰ ਚਿੰਤਾ ਹੈ ਕਰਤੇ ਹਰ ਦੇਵੈ ਜਲ ਫਲ ਜੰਤਾ ਸਭ ਤੇ, ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪੱਥਰ ਕੀਟ ਪਖਾਣੀ ਹੈ। ਕਾਹੇਰੇ ਮਨ ਚਿਤ ਮੈਂ ਉਦਮ ਜਾਂ ਆਹਰ ਹਰ ਜੀਉ ਪਰਿਆ, ਸਹਿਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ। ਅੱਜ ਕੋਈ ਸਵਾਲ ਕਰੇ ਇਹੋ ਜਿਹਾ ਕਿਹੜਾ ਪੱਥਰ ਕਿਹਨੇ ਦੇਖਿਆ ਜਿਹਦੇ ਵਿੱਚ ਜੀਵ ਪਲਦਾ ਹੋਵੇ, ਜਿਹਦਾ ਦਰਵਾਜ਼ਾ ਬਾਰੀ ਨਾ ਹੋਵੇ, ਕਿਹਨੇ ਦੇਖਿਆ? ਸਾਡੇ ਤੇ ਰੋਜ਼ ਦੇਖਣ ਦੀਆਂ ਉਦਾਹਰਨਾਂ ਨੇ। ਕਦੀ ਦੇਖੋ ਕਿਸੇ ਪੰਛੀ ਦੇ ਅੰਡੇ ਨੂੰ, ਮੁਰਗੀ ਦਾ ਅੰਡਾ 22 ਦਿਨ ਤੱਕ ਉਹਦੇ ਵਿੱਚ ਜੀਵ ਪਲਦਾ, ਉਸ ਅੰਡੇ ਦਾ ਕੋਈ ਦਰਵਾਜ਼ਾ ਨਹੀਂ, ਬਾਰੀ ਨਹੀਂ, ਉਹਦੇ ਅੰਦਰ ਭੋਜਨ ਨਹੀਂ ਜਾ ਸਕਦਾ, ਪਰ ਮਾਲਕ ਨੇ ਉਸ ਜੀਵ ਦਾ ਭੋਜਨ ਉਹਦੇ ਅੰਦਰ ਹੀ ਪਾ ਕੇ ਰੱਖਿਆ। ਜਿੰਨੇ ਦਿਨ ਜੀਵ ਨੇ ਉਸ ਅੰਡੇ ਦੇ ਖੋਲ ਵਿੱਚ ਰਹਿਣਾ, ਓਨੇ ਦਿਨ ਦਾ ਹੀ ਭੋਜਨ ਪਾਇਆ, ਨਾ ਇੱਕ ਦਿਨ ਜ਼ਿਆਦਾ ਨਾ ਇੱਕ ਦਿਨ ਘੱਟ। ਜਿਸ ਦਿਨ ਅੰਦਰ ਦਾ ਭੋਜਨ ਖਤਮ ਹੁੰਦਾ, ਜੀਵ ਉਸ ਅੰਡੇ ਦੇ ਖੋਲ ਨੂੰ ਤੋੜ ਕੇ ਬਾਹਰ ਆ ਜਾਂਦਾ, ਜਾਂ ਜਿਸ ਦਿਨ ਜੀਵ ਬਾਹਰ ਆਉਂਦਾ ਉਦੋਂ ਉਹਦੇ ਅੰਦਰ ਦਾ ਭੋਜਨ ਖਤਮ ਹੋ ਜਾਂਦਾ। ਇਹ ਤੋਂ ਵੱਡੀ ਉਦਾਹਰਨ ਸਾਡੇ ਸਾਹਮਣੇ ਕੀ ਹੋ ਸਕਦੀ ਹੈ? ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀਂ, ਕਹਿਤ ਨਾ ਪੂਰਨ ਤਾਹੂ ਕੋ ਮਤ ਰੇ ਜੀਵ ਡਰਾਹੀ, ਮਨਾ ਕਿਉਂ ਚਿੰਤਾ ਕਰਦੇ? ਅੱਧੀ ਦੁਨੀਆਂ ਤੇ ਸਮੁੰਦਰ ਚ ਹੀ ਪਲੀ ਜਾਂਦੀ ਹੈ, ਅੱਧਾ ਜਗਤ ਸਾਗਰ ਵਿੱਚ ਪਲਦਾ, ਤੇ ਸਾਗਰ ਦੇ ਅੰਦਰ ਕੋਈ ਖੇਤੀ ਨਹੀਂ ਕਰਦਾ, ਸਮੁੰਦਰ ਦੇ ਜੀਵ ਕੋਈ ਦੁਕਾਨਦਾਰੀ ਨਹੀਂ ਕਰਦੇ, ਉੱਥੇ ਤੇ ਲੈਣ ਤੇ ਦੇਣ ਦੇ ਉਧਾਰ ਦੇ ਸੌਦੇ ਵੀ ਨਹੀਂ ਹੁੰਦੇ, ਉੱਥੇ ਕਰੰਸੀ ਵੀ ਕੋਈ ਨਹੀਂ ਚੱਲਦੀ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਹੀ ਹੈ, ਜਲ ਮੈਂ ਜੰਤ ਉਪਾਇਨ ਤੇਨਾ ਵੀ ਰੋਜ਼ੀ ਦੇ, ਉੱਥੇ ਹੱਟ ਨਾ ਚੱਲਈ ਨਾ ਕੋ ਕਿਰਤ ਕਰੇ, ਉੱਥੇ ਕੋਈ ਦੁਕਾਨਾਂ ਨਹੀਂ ਚਲਾਉਂਦਾ, ਨਾ ਕੋਈ ਕਿਰਤ ਖੇਤੀਬਾੜੀ ਕਰਦਾ, ਉੱਥੇ ਹੱਟ ਨਾ ਚੱਲਈ ਨਾ ਕੋ ਕਿਰਤ ਕਰੇ, ਸੌਦਾ ਮੂਲ ਨਾ ਹੋ ਗਈ ਨਾ ਕੋ ਲਏ ਨਾ ਦੇ, ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਵਿੱਚ ਉਪਾਏ ਸਾਇਰਾਂ ਤਿਨਾਂ ਵੀ ਸਾਰ ਕਰੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਹੈ, ਮਨਾ ਕਿਉਂ ਚਿੰਤਾ ਕਰਦਾ ਰੋਜ਼ੀ ਦੀ? ਜਿਸ ਮਾਲਕ ਨੇ ਏਡੀ ਵੱਡੀ ਧਰਤੀ ਬਣਾਈ, ਏਡੀ ਵੱਡੀ ਧਰਤੀ ਨੂੰ ਚਲਾਈ ਜਾਂਦਾ, ਜਿਹੜਾ ਪਰਮੇਸ਼ਰ ਸੂਰਜ ਨੂੰ ਚਲਾਉਂਦਾ, ਚੰਦਰਮਾ ਨੂੰ ਚਲਾਉਂਦਾ, ਵੱਡੇ ਵੱਡੇ ਗੈਸਾਂ ਦੇ ਗੋਲੇ ਚਲਾਈ ਜਾਂਦਾ, ਕਿ ਉਹ ਤੇਰੀ ਛੋਟੀ ਜਿਹੀ ਜ਼ਿੰਦਗੀ ਨਹੀਂ ਚਲਾਏਗਾ? ਇੰਨੀ ਗੱਲ ਵੀ ਤੂੰ ਜਾਣ ਨਹੀਂ ਸਕਿਆ? ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਉਹਦਾ ਇੱਕ ਵੀ ਗੁਣ ਨਹੀਂ ਜਾਣ ਸਕਿਆ? ਜਿਹੜਾ ਏਡੀ ਵੱਡੀ ਕਾਇਨਾਤ ਨੂੰ ਪਾਲਦਾ, ਕਿ ਉਹ ਤੇਰੀ ਸੰਭਾਲ ਨਹੀਂ ਕਰੇਗਾ? ਸਤਿਗੁਰੂ ਪੰਚਮ ਪਾਤਸ਼ਾਹ ਨੇ ਬਚਨ ਕਿਹਾ, ਕਹਿਣ ਲੱਗੇ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ, ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ, ਮੇਰਾ ਸਾਹਿਬ ਬਹੁਤ ਮਿਹਰਬਾਨ ਹੈ, ਬੜਾ ਤਰਸ ਦਾ ਘਰ, ਬੜਾ ਤਰਸ ਖਾ ਕੇ ਮਿਹਰ ਕਰਕੇ ਕਿਰਪਾ ਕਰਕੇ ਜੀਵਨ ਨੂੰ ਦਾਨ ਦਿੰਦਾ, ਰੋਜ਼ੀ ਦੇਈ ਜਾਂਦਾ। ਬਲਕਿ ਕਦੀ ਸੋਚੋ ਰੱਬ ਦਾ ਕਿੰਨਾ ਵੱਡਾ ਜਿਗਰਾ ਹੋਏਗਾ, ਸਾਰਿਆਂ ਨੂੰ ਰੋਜ਼ੀ ਦੇਈ ਜਾਂਦਾ, ਕੋਈ ਪਰਮੇਸ਼ਰ ਦਾ ਨਾਮ ਜਪੇ ਉਹਨੂੰ ਵੀ ਰੋਜ਼ੀ ਦੇਈ ਜਾਂਦਾ, ਕੋਈ ਰੱਬ ਦਾ ਨਾਮ ਨਾ ਲਵੇ ਉਹਨੂੰ ਵੀ ਦੇਈ ਜਾਂਦਾ। ਐਸੇ ਵੀ ਨੇ ਜਿਹੜੇ ਆਖਦੇ ਨੇ ਕੌਣ ਹੈ ਸਾਨੂੰ ਰੱਬ ਦੇਣ ਵਾਲਾ, ਕਿਤੇ ਲੈ ਲੈ ਮੁਕਰ ਪਾਹੇ,
ਚੇਤੇ ਮੂਰਖ ਖਾਹੀ ਖਾਣੇ ਕਈ ਲੈ ਕੇ ਮੁੱਕਰ ਗਏ ਦਾਤਾ ਰੱਬ ਤੇ ਉਹਨਾਂ ਨੂੰ ਵੀ ਰੋਜ਼ੀ ਦੇਈ ਜਾਂਦਾ ਬਲਕਿ ਕਿੰਨਾ ਵੱਡਾ ਜਿਗਰ ਹੈ ਉਸ ਮਾਲਕ ਦਾ ਅਸੀਂ ਕਿਸੇ ਗਰੀਬ ਲੋੜਵੰਦ ਦੀ ਮਦਦ ਕਰਦੇ ਹੋਈਏ ਨਾ ਕਿ ਗਰੀਬ ਇਹਨੂੰ ਹਰ ਮਹੀਨੇ ਇੰਨੀ ਮਾਇਆ ਦੇ ਦਈਏ ਹਰ ਮਹੀਨੇ ਇੰਨੀ ਮਦਦ ਕਰ ਦਈਏ ਜੇ ਕੱਲ ਨੂੰ ਸਾਨੂੰ ਪਤਾ ਲੱਗ ਜਾਏ ਨਾ ਵੀ ਉਹ ਨਸ਼ੇ ਵੀ ਕਰਦਾ ਹੈ ਕੱਲ ਨੂੰ ਪਤਾ ਲੱਗ ਜਾਏ ਉਹ ਚੋਰੀਆਂ ਵੀ ਕਰਨ ਜਾਂਦਾ ਕੱਲ ਨੂੰ ਸਾਨੂੰ ਪਤਾ ਲੱਗ ਜਾਏ ਉਹ ਕਿਸੇ ਦੀ ਜੇਬ ਵੀ ਕੱਟਦਾ ਅਸੀਂ ਕੀ ਕਰਾਂਗੇ ਉਸੇ ਵਕਤ ਹੀ ਉਹਦੀ ਮਦਦ ਕਰਨੀ ਬੰਦ ਕਰ ਦਿਆਂਗੇ ਹੈ ਤੇ ਪਾਪ ਕਰਦਾ ਹੈ ਕਿਤੇ ਨਸ਼ੇ ਵੀ ਕਰਦਾ ਚੋਰੀਆਂ ਵੀ ਕਰਦਾ ਇਹਦੀ ਮਦਦ ਮੈਂ ਕਿਉਂ ਕਰਾਂ ਇਹ ਮਾਲਕਾ ਤੇਰਾ ਕਿੱਡਾ ਵੱਡਾ ਜ਼ਿਕਰ ਹੈ ਅਸੀਂ ਸਾਰੇ ਜੀਵ ਪਾਪ ਕਰਦੇ ਹਾਂ ਕ੍ਰੋਧ ਕਰਦੇ ਹਾਂ ਅਸੀਂ ਜੀਵਨ ਦੇ ਵਿੱਚ ਨਸ਼ੇ ਵੀ ਕਰਦੇ ਹਾਂ ਚੋਰੀਆਂ ਵੀ ਕਰਦੇ ਹਾਂ ਗਰੀਬ ਦਾ ਹੱਕ ਵੀ ਮਾਰਦੇ ਹਾਂ ਸਾਡੇ ਇੰਨੇ ਔਗਣ ਗੁਨਾਹ ਵੀ ਦੇਖਦਾ ਫਿਰ ਵੀ ਰੋਜ਼ੀ ਦੇਈ ਜਾਂਦੇ ਜੇ ਤੂੰ ਆਪਣਾ ਜ਼ਿਕਰਾ ਨਾ ਰੱਖੇ ਏਡਾ ਵੱਡਾ ਜੇ ਸਾਡੇ ਔਗਣ ਗੁਨਾਹ ਦੇਖਣ ਲੱਗ ਜਾਏ ਤੇ ਸਵੇਰ ਤੋਂ ਸ਼ਾਮ ਤੱਕ ਮੈਂ ਇੰਨੀਆਂ ਭੁੱਲਾਂ ਕਰਦਾ ਪੈਰ ਪੈਰ ਤੇ ਗਲਤੀਆਂ ਕਰਦਾ ਮੈਨੂੰ ਸ਼ਾਮ ਨੂੰ ਦੋ ਪ੍ਰਸ਼ਾਦੇ ਨਸੀਬ ਨਾ ਹੋਣਾ ਜਿੰਨੇ ਪਾਪ ਦਿਨ ਚ ਮੈਂ ਕਰ ਜਾਂਦਾ ਜਿੰਨੇ ਝੂਠ ਮੈਂ ਬੋਲ ਜਾਂਦਾ ਜ਼ਿੰਦਗੀ ਵਿੱਚ ਸਾਰੇ ਦਿਨ ਵਿੱਚ ਜਿੰਨੇ ਗੁਨਾਹ ਮੈਂ ਕਰ ਜਾਂਦਾ ਮੇਰੇ ਪਾਪ ਦੇਖਣ ਲੱਗ ਜਾਏ ਮੈਨੂੰ ਸ਼ਾਮ ਨੂੰ ਪਾਣੀ ਪੀਣਾ ਨਸੀਬ ਨਾ ਹੋਵੇ ਤੂੰ ਪਾਣੀ ਵੀ ਨਾ ਦਵੇਂ ਮੈਨੂੰ ਪਰ ਕਿੰਨਾ ਵੱਡਾ ਤੇਰਾ ਜਿਗਰ ਹੈ ਮੇਰੇ ਏਡੇ ਗੁਨਾਹ ਵੀ ਦੇਖੀ ਜਾਂਦਾ ਰੋਜ਼ੀ ਵੀ ਦੇਈ ਜਾਂਦਾ ਇਸ ਤੋਂ ਅਗਲੀ ਗੱਲ ਉਹ ਜਦੋਂ ਰੋਜ਼ੀ ਦਿੰਦਾ ਬੱਧਾ ਚੱਟੀ ਨਹੀਂ ਦਿੰਦਾ ਵੀ ਚਲੋ ਪਾਪ ਕਰਦਾ ਮੈਂ ਇਹਨੂੰ ਬਣਾਇਆ ਮੇਰਾ ਫਰਜ਼ ਬਣਦਾ ਦੇਣਾ ਨਹੀਂ ਉਹ ਬੱਧਾ ਚੱਟੀ ਵੀ ਨਹੀਂ ਦਿੰਦਾ ਜਦੋਂ ਦਾਤ ਦਿੰਦਾ ਬੜਾ ਖੁਸ਼ ਹੋ ਕੇ ਦਿੰਦਾ ਭਾਵੇਂ ਚੋਰ ਹੋਵੇ ਪਾਪੀ ਹੋਵੇ ਗੁਨਾਹਗਾਰ ਹੋਵੇ ਭਾਵੇਂ ਕਿੱਡਾ ਹੀ ਵੱਡਾ ਅਪਰਾਧੀ ਕਿਉਂ ਨਾ ਹੋਵੇ ਉਹਦੀ ਵੀ ਝੋਲੀ ਜਦੋਂ ਦਾਤ ਪਾਉਂਦਾ ਬੜਾ ਪ੍ਰਸੰਨ ਹੋ ਜਾਂਦਾ ਖੁਸ਼ ਹੋ ਕੇ ਦਾਤ ਦਿੰਦਾ ਆਪੀ ਨਾ ਆਪ ਸਾਜਿਓ ਆਪੀ ਨਾ ਰਸਿਓ ਨਾਓ ਦੁਈ ਕੁਦਰਤ ਸਾਜੀਏ ਕਰ ਆਸਨ ਡਿੱਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਕਰੇ ਪਸਾਓ ਤੁਸ ਦੇਵੇਂ ਮੈਨੇ ਤੁਰਠ ਕੇ ਦਿੰਦਾ ਦਾਤ ਬੜਾ ਖੁਸ਼ ਹੋ ਕੇ ਦਾਤ ਝੋਲੀ ਪਾਨੇ ਐਵੇਂ ਹੀ ਦਾਤ ਨਹੀਂ ਫੜਾ ਦਿੰਦਾ ਜਦੋਂ ਕਿਸੇ ਪਾਪੀ ਗੁਨਾਹਗਾਰ ਬੰਦੇ ਨੂੰ ਕਿਸੇ ਧਰਮੀ ਨੂੰ ਕਿਸੇ ਚੋਰ ਨੂੰ ਕਿਸੇ ਸਾਧ ਨੂੰ ਜਿਹਨੂੰ ਵੀ ਦਾਤ ਦਿੰਦਾ ਬੜੇ ਖੁਸ਼ ਹੋ ਕੇ ਦੇ ਦਿੰਦਾ ਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਕਰੇ ਪਸਾਓ ਤੂੰ ਤੁਰਸ਼ ਕੇ ਦਾਤ ਦਿੰਦਾ ਤੇ ਕੇਵਲ ਮਨੁੱਖ ਨੂੰ ਨਹੀਂ ਜੇ ਏਡਾ ਵੱਡਾ ਹਾਥੀ ਨਜ਼ਰ ਆਉਂਦਾ ਉਹਦੀ ਖੁਰਾਕ ਕਿੰਨੀ ਹੋਏਗੀ ਉਹਦੀ ਖੁਰਾਕ ਦਾ ਪ੍ਰਬੰਧ ਵੀ ਕਰਦਾ ਇੱਕ ਛੋਟੀ ਜਿਹੀ ਕੀੜੀ ਜਿਹੜੀ ਨਜ਼ਰ ਵੀ ਕਿਸੇ ਨੂੰ ਨਹੀਂ ਆਉਂਦੀ ਅਸੀਂ ਪੈਰਾਂ ਥੱਲੇ ਮਸਕ ਤੁਰ ਪੈਂਦੇ ਹਾਂ ਰੱਬ ਨੂੰ ਕੀੜੀ ਵੀ ਨਜ਼ਰ ਆਉਂਦੀ ਇਹਦੀ ਵੀ ਰੋਟੀ ਦਾ ਪ੍ਰਬੰਧ ਕਰਨਾ ਹੈ ਉਹ ਹਰ ਇੱਕ ਦੇ ਹਿਰਦੇ ਦੀ ਭੁੱਖ ਨੂੰ ਪੀੜਾ ਨੂੰ ਜਾਣਦਾ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਭਾਵੇਂ ਕੋਈ ਭਲਾ ਹੋਵੇ ਭਾਵੇਂ ਬੁਰਾ ਹੋਵੇ ਹਰ ਇੱਕ ਦੀ ਪੀੜਾ ਨੂੰ ਸਮਝਦਾ ਭੁੱਖ ਦੀ ਪੀੜਾ ਹਰ ਇੱਕ ਨੂੰ ਹੈ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਤੂਲਾ ਇੱਕ ਛੋਟੀ ਜਿਹੀ ਕੀੜੀ ਵੀ ਉਹਦੀਆਂ ਨਜ਼ਰਾਂ ਦੇ ਵਿੱਚ ਹੈ ਇਹ ਵੀ ਨਾ ਭੁੱਖੀ ਰਹਿ ਜਾਏ ਇਹਦੇ ਲਈ ਵੀ ਰੋਜ਼ੀ ਦਾ ਪ੍ਰਬੰਧ ਕਰਨਾ ਏਡੇ ਵੱਡੇ ਹਾਥੀ ਦੀ ਖੁਰਾਕ ਬੜੀ ਕਈ ਮਣ ਹੈ ਉਹ ਕਈ ਮਣ ਉਸ ਹਾਥੀ ਦੀ ਖੁਰਾਕ ਦਾ ਵੀ ਪ੍ਰਬੰਧ ਕਰ ਦਿੰਦਾ ਤੇ ਕੇਵਲ ਪ੍ਰਬੰਧ ਹੀ ਨਹੀਂ ਕਰਦਾ ਬੜਾ ਖੁਸ਼ੀ ਵਿੱਚ ਫੁੱਲਿਆ ਵੀ ਸਮਾਉਂਦਾ ਤੇ ਖੁਸ਼ੀ ਵਿੱਚ ਫੁੱਲ ਕੇ ਦਾਤ ਝੋਲੀ ਪਾਉਂਦਾ ਭਲੇ ਦੀ ਵੀ ਬੁਰੇ ਦੀ ਵੀ ਪੀੜਾ ਜਾਣਦਾ ਉਹ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਤੇ ਕੁੰਚਰ ਅਸਕੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਬੜਾ ਖੁਸ਼ ਹੋ ਕੇ ਦਾਤ ਦਿੰਦਾ ਤੁਸ ਦੇਵੇ ਕਰਿਆ ਪਸਾਓ ਤੁਰਠ ਕੇ ਦਾਤ ਦਿੰਦਾ ਇਹ ਮੇਰੇ ਮਾਲਕਾ ਕਿੰਨਾ ਤੂੰ ਮਿਹਰ ਕਰਦਾ ਅਸੀਂ ਪਾਪ ਕਰਦੇ ਹਾਂ ਤੂੰ ਰੋਜ਼ੀ ਦੇਈ ਜਾਂਦਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਰੱਖੇਗਾ ਸਿਰਜਣਹਾਰ ਇਹ ਪ੍ਰਾਣੀ ਕਿਉਂ ਡੋਲਦਾ ਜਿਹੜਾ ਏਡੀ ਵੱਡੀ ਧਰਤੀ ਸੂਰਜ ਤਾਰਿਆਂ ਆਸਮਾਨ ਨੂੰ ਏਡੇ ਵੱਡੇ ਬ੍ਰਹਿਮੰਡ ਨੂੰ ਚਲਾਈ ਜਾਂਦਾ ਉਹ ਤੇਰੀ ਛੋਟੀ ਜਿਹੀ ਜ਼ਿੰਦਗੀ ਵੀ ਚਲਾ ਦੇਗਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਰੱਖੇਗਾ ਸਿਰਜਣਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨੇ ਪੈਦਾ ਕੀਤਾ ਰੋਜ਼ੀ ਦਾ ਆਧਾਰ ਵੀ ਉਹ ਦਿੰਦਾ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘੱਟ ਘੱਟ ਮਾਲਕ ਜਿਹੜਾ ਕਾ ਸੱਚਾ ਪਰਵਤਗਾਰ ਕੁਦਰਤ ਕੀਮ ਨਾ ਜਾਣੀਆਂ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾ ਪੁੱਛਿਆ ਸੀ ਕੀ ਕਰੀਏ ਜੇ ਮਾਲਕ ਇੰਡੀਆ ਦਾਤਾਂ ਦਿੰਦਾ
ਕਹਿਣ ਲੱਗੇ ਜਿੰਨਾ ਚਿਰ ਉਹਨੇ ਜ਼ਿੰਦਗੀ ਦਿੱਤੀ ਉਹਦੀ ਸਿਫਤ ਉਹਦਾ ਸ਼ੁਕਰ ਕਰਿਆ ਕਰ। ਘਰ ਬੰਦੇ ਤੂੰ ਬੰਦਗੀ ਜਿਸ ਚਿਰ ਘੱਟ ਮੈਂ ਸਾ ਪੁੱਛਿਆ ਕਿਵੇਂ ਸ਼ੁਕਰ ਕਰਾਂ। ਕਹਿਣ ਲੱਗੇ ਜ਼ਬਾਨ ਤੂੰ ਕਿਆ ਕਰ ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੂੰ ਰਹਿਮਤ ਕਰਦੈ ਮੈਨੂੰ ਸੁਖ ਮਿਲ ਜਾਂਦਾ ਹੈ ਤੇਰੀ ਰਜ਼ਾ ਤੇਰੀ ਰਹਿਮਤ ਵਿੱਚ ਮੇਰੀ ਜ਼ਿੰਦਗੀ ਚੱਲੀ ਜਾਂਦੀ ਹੈ ਮੈਂ ਤੇਰੇ ਸ਼ੁਕਰਾਨੇ ਦੇ ਵਿੱਚ ਆ ਗਿਆ। ਇਹੀ ਅੱਜ ਦੇ ਬਚਨ ਕਹਿਣ ਲੱਗੇ ਜਿਨ ਕਰਤਾ ਕਰਨਾ ਕੀਆ ਚਿੰਤਾ ਵੀ ਕਰਨੀ ਤਾਹ ਜਿਸ ਮਾਲਕ ਨੇ ਕਾਇਨਾਤ ਨੂੰ ਪੈਦਾ ਕੀਤਾ ਉਹਦੀ ਫਿਕਰ ਸੰਭਾਲ ਵੀ ਕਰਦਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਜਿਸ ਮਾਲਕ ਨੇ ਜਗਤ ਨੂੰ ਪੈਦਾ ਕੀਤਾ ਉਹਦੀ ਸੰਭਾਲ ਚਿੰਤਾ ਵੀ ਆਪ ਕਰਦਾ ਇਸ ਕਰਕੇ ਮੈਂ ਕੀ ਕਰਾਂ। ਕਹਿਣ ਲੱਗੇ ਤਿਸ ਜੋਹਾਰੀ ਉਸ ਮਾਲਕ ਨੂੰ ਨਮਸਕਾਰ ਕਰਿਆ ਕਰ ਜੋਹਾਰੀ ਮੈਨੇ ਝੁੱਕ ਜਾਣਾ ਝੁੱਕ ਕੇ ਨਮਸਕਾਰ ਕਰਨੀ ਨਾਰਾਇਣ ਨਰਪਤ ਨਮਸਕਾਰ ਹੈ ਉਸ ਮਾਲਕ ਨੂੰ ਮੇਰੀ ਨਮਸਕਾਰ ਹੈ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਗਾਏ ਮੇਰੀ ਉਸ ਮਾਲਕ ਨੂੰ ਨਮਸਕਾਰ ਹੈ ਮੈਂ ਡੰਡੇ ਵੱਤ ਲੰਮੇ ਪੈ ਪੈ ਉਹਦਾ ਸ਼ੁਕਰ ਕਰਦਾ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਮੈਂ ਉਹਦੇ ਅੱਗੇ ਜੁਹਾਰ ਕਰਦਾ ਨਮਸਕਾਰ ਕਰਦਾ ਜਿਹੜਾ ਮੈਨੂੰ ਰੋਜ਼ੀ ਤੇ ਦਾਤਾਂ ਦਿੰਦੇ ਕਿਸ ਜੁਹਾਰੀ ਸਵਸਥ ਤਿਸ ਸਵਸਥ ਅਸਤ ਆਖਦੇ ਨੇ ਡੁੱਬਣ ਨੂੰ ਸੂਰਜ ਡੁੱਬ ਜਾਏ ਅਸੀਂ ਕਹਿੰਦੇ ਹਾਂ ਅਸਤ ਹੋ ਗਿਆ ਸੋ ਅਸਤ ਮੈਨੇ ਜਿਹੜਾ ਕਦੀ ਅਸਤ ਨਾ ਹੋਵੇ ਜਿਹੜਾ ਸਦਾ ਹੀ ਚੜ੍ਹਦੀ ਕਲਾ ਵਿੱਚ ਹੋਵੇ ਉਹ ਪਰਮਾਤਮਾ ਸਦਾ ਹੀ ਚੜ੍ਹਦੀ ਕਲਾ ਵਾਲਾ ਸਦਾ ਹੀ ਖੇੜੇ ਵਾਲਾ ਉਸ ਮਾਲਕ ਨੂੰ ਮੇਰੀ ਨਮਸਕਾਰ ਜਿਹਦੀ ਸਦਾ ਹੀ ਜੈ ਜੈਕਾਰ ਹੈ ਤਿਸ ਜੁਹਾਰੀ ਸਵਸਥ ਤਿਸ ਜਿਸ ਦੀਵਾਨ ਅਭੰਗ ਉਹਦਾ ਦੀਵਾਨ ਉਹਦੀ ਕਚਹਿਰੀ ਅਭੰਗ ਮੈਨੇ ਨਾਸ਼ ਨਹੀਂ ਹੋ ਸਕਦੀ ਭੰਗ ਨਹੀਂ ਹੁੰਦੀ ਨਾਨਕ ਸੱਚੇ ਨਾਮ ਬਿਨ ਹੇ ਨਾਨਕ ਨਾਮ ਤੋਂ ਬਿਨਾਂ ਭਾਵੇਂ ਜ਼ਿੰਦਗੀ ਵਿੱਚ ਲੱਖ ਤੂੰ ਅਨੇਕਾਂ ਤਰ੍ਹਾਂ ਦੇ ਧਾਰਮਿਕ ਚਿੰਨ ਧਾਰਨ ਕਰੀ ਚੱਲ ਧਰਮ ਦੇ ਨਾਂ ਤੇ ਦਿਖਾਵੇ ਕਰੀ ਚੱਲ ਮੈਂ ਰੱਬ ਦਾ ਮੁਰੀਦ ਆ ਹਾਂ ਜਿੰਨਾ ਚਿਰ ਉਹਦੀਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਅਦਾ ਕਰਦਾ ਉਹਦਾ ਨਾਮ ਨਹੀਂ ਜਪਦਾ ਇਕੱਲੇ ਤੇਰੇ ਧਾਰਨ ਕੀਤੇ ਹੋਏ ਧਾਰਮਿਕ ਚਿੰਨ ਕੁਝ ਵੀ ਨਹੀਂ ਕਰ ਸਕਦੇ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਕਹਿਣ ਲੱਗੇ ਕੀ ਜਨੇਊ ਕੀ ਮੱਥੇ ਤਿਲਕ ਬਾਰੋਂ ਹਜ਼ਾਰ ਧਾਰਮਿਕ ਚਿੰਨ ਧਾਰਨ ਕੀਤੇ ਹੋਣ ਪਰ ਜ਼ਬਾਨ ਕਦੀ ਸ਼ੁਕਰਾਨੇ ਵਿੱਚ ਨਾ ਹੋਵੇ ਜ਼ਬਾਨ ਤੋਂ ਮਾਲਕ ਦਾ ਧੰਨਵਾਦ ਨਾ ਹੋਵੇ ਉਹਦਾ ਨਾਮ ਨਾ ਹੋਵੇ ਤੇਰੇ ਇਹ ਧਾਰਮਿਕ ਚਿੰਨ ਧਾਰਨ ਕੀਤੇ ਹੋਏ ਫਿਰ ਕਿਸੇ ਅਰਥ ਨਹੀਂ ਗੱਲ ਤੇ ਸ਼ੁਕਰਾਨੇ ਦੀ ਉਹਦੇ ਰਜ਼ਾ ਵਿੱਚ ਲੜਦੀ ਹੈ ਗੁਰਬਾਣੀ ਦਾ ਜਿਹੜਾ ਕੰਸੈਪਟ ਹੈ ਨਾ ਅਰੰਭਤਾ ਦਾ ਪਹਿਲਾ ਹੀ ਪ੍ਰਸ਼ਨ ਇਹ ਹੈ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ ਸਚਿਆਰ ਕਿਵੇਂ ਹੋਣਾ ਝੂਠ ਦੀ ਪਾਲ ਕਿਵੇਂ ਉਤਰ ਜਾਏ ਤੇ ਅਗਲੀ ਗੱਲ ਕਹੀ ਸੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਹਦੇ ਹੁਕਮ ਵਿੱਚ ਆ ਜਾਈ ਤੂੰ ਸਚਿਆਰ ਹੋ ਜਾਏਗਾ ਸੱਚਾ ਹੋ ਜਾਂਦਾ ਜਦੋਂ ਧਾਰਮਿਕ ਚਿੰਨ ਪਾ ਲੈਂਦਾ ਸਚਿਆਰ ਉਦੋਂ ਹੁੰਦਾ ਜਦੋਂ ਤੇਰੇ ਦਿਲ ਚ ਸੱਚ ਹੁੰਦਾ ਸੱਚੇ ਹੋਣ ਵਿੱਚ ਤੇ ਸਚਿਆਰ ਹੋਣ ਵਿੱਚ ਬਹੁਤ ਫਰਕ ਹੈ ਸੱਚਾ ਗੰਗੂ ਵੀ ਹੈ ਗੰਗੂ ਕਹਿੰਦਾ ਹਕੂਮਤ ਨੂੰ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਜ਼ੁਰਗ ਮਾਂ ਉਹਦੇ ਬੱਚੇ ਮੇਰੇ ਕਬਜ਼ੇ ਚ ਨੇ ਉਹ ਸੱਚ ਬੋਲ ਰਿਹਾ ਸਤਿਗੁਰੂ ਦੇ ਸਾਹਿਬਜ਼ਾਦਿਆਂ ਨੂੰ ਬੁੱਢੜੀ ਮਾਂ ਨੂੰ ਗ੍ਰਿਫਤਾਰ ਕਰਵਾ ਰਿਹਾ ਸੱਚਾ ਤੇ ਹੈ ਪਰ ਉਹ ਸੱਚਿਆ ਨਹੀਂ ਹੈ ਉਹਦੀ ਭਾਵਨਾ ਮਲੀਨ ਹੈ ਉਹ ਲਾਲਚ ਅਧੀਨ ਸੱਚ ਬੋਲ ਰਿਹਾ ਦੂਜੇ ਪਾਸੇ ਭਾਈ ਗਨੀ ਖਾਂ ਭਾਈ ਨਵੀ ਖਾਂ ਜੀ ਜ਼ਬਾਨ ਤੋਂ ਝੂਠ ਬੋਲਦੇ ਨੇ ਉਹ ਆਖਦੇ ਨੇ ਉੱਚ ਦੇ ਪੀਰ ਨੇ ਇਹ ਉੱਚ ਪਿੰਡ ਦਾ ਨਾਮ ਹੈ ਉੱਥੋਂ ਦੇ ਪੀਰ ਨੇ ਪਰ ਹੈ ਉਸ ਉਹਦੇ ਅੰਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਰ ਉਹ ਸੱਚੇ ਤੇ ਨਹੀਂ ਸੱਚਿਆਰ ਜ਼ਰੂਰ ਨੇ ਕਿਉਂਕਿ ਗਨੀ ਖਾਂ ਨਵੀ ਖਾਂ ਨੂੰ ਪਤਾ ਹੈ ਅੱਜ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹਨਾਂ ਲੋਕਾਂ ਦੇ ਕਬਜ਼ੇ ਆ ਜਾਣ ਤੇ ਦੁਨੀਆ ਤੋਂ ਧਰਮ ਮੁੱਕ ਜਾਏਗਾ ਗਰੀਬ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਰਹੇਗਾ ਅੱਜ ਲੋੜ ਹੈ ਇਸ ਦੁਨੀਆ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਹਨਾਂ ਜ਼ਬਾਨ ਤੋਂ ਕਹਿ ਦਿੱਤਾ ਉੱਚ ਦੇ ਪੀਰ ਨੇ ਬੋਲਿਆ ਝੂਠ ਪਰ ਸੱਚਿਆਰ ਨੇ ਉਹ ਮਨਾ ਜ਼ਬਾਨ ਤੋਂ ਸੱਚ ਬੋਲੇ ਅੰਦਰ ਭਾਵਨਾ ਮਲੀਨ ਹੋਵੇ ਤੇਰਾ ਸੱਚ ਬੋਲਿਆ ਕਿਸੇ ਅਰਥ ਨਹੀਂ ਹਾਂ ਜ਼ਬਾਨ ਤੋਂ ਝੂਠ ਬੋਲੇ ਅੰਦਰੋਂ ਭਾਵਨਾ ਸਹੀ ਹੋਵੇ ਤੇਰਾ ਉਹ ਝੂਠ ਵੀ ਪ੍ਰਵਾਨ ਹੋ ਜਾਂਦਾ ਸੱਚ ਤਾਂ ਪਰ ਜਾਣੀ ਹੈ ਜਾਂ ਹਿਰਦੇ ਸੱਚਾ ਕੋਈ ਗੱਲ ਤੇ ਦਿਲੋਂ ਸੱਚੇ ਹੋਣ ਦੀ ਹੈ ਇਸ ਕਰਕੇ ਸੱਚਾ ਨਹੀਂ ਸੱਚਿਆਰ ਹੋ ਜਾਈ ਕਿਵ ਸੱਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ ਤੇ ਤਰੀਕਾ ਹੈ ਹੁਕਮ ਰਜ਼ਾਈ ਚੱਲਣਾ ਸੁੱਖ ਆਵੇ ਦੁੱਖ ਆਵੇ ਖੁਸ਼ੀ ਆਵੇ ਗਮੀ ਆਵੇ ਉਹਦੇ ਹੁਕਮ ਵਿੱਚ ਸਿੱਖ ਦੀ ਜਿਹੜੀ ਜ਼ਿੰਦਗੀ ਨਾ ਉਹ ਚੱਲਦੀ ਦੋ ਰਾੜਿਆਂ ਦੇ ਵਿੱਚ ਹੈ
सिख का जीवन दो रारिया में चलता है। मान दरिया बगदा हो ना, उसके दो किनारे ने, एक किनारा टुट जाए दरिया तबाही लिया दिता है, पिंड से पिंड उजाड़ दिता है। पर दोनों किनारे से दरिया बगदा हो, एक दिन वह दरिया सागर में समा के सागर का रूप हो जाता है, उन्हें उसकी मंजिल मिल जाती है। सिख की जिंदगी दरिया की तरह है, इसकी जिंदगी दो किनारे ने, एक रारा है रजा। सिखा जिंदगी दुख आ जाए, मुसीबत आ जाए, गरीबी आ जाए, तू कह दी मालका तेरी रजा, वाहा तू है, वाहा है तू है तेरी रजाए, मेरे मालका तेरी रजा है। दुख आ जाए, मुसीबत आ जाए, रजा के किनारे अंदर रही तेरी रजा, ते दूजे रारे का नाम है रहमत। जिंदगी विच सुख आ जाए, जिंदगी विच अमीरी आ जाए, धन दौलत आ जाए, कभी ना कभी मेरा उद्दम ऐसा क्या कर मालक तेरी रहमत। दुख मिलिया तेरी रजा, सुख मिलिया तेरी रहमत, तेरी रहमत तो ही मैं सुखी हो गया। तू समर्थ अकथ अगोचर, जियो पिंड तेरी रास, रहम तेरी सुख पाया सदा नानक की अरदास। जो रजा ते रहमत दो रारियां दे विचकार साडी जिंदगी चलेगी, असी अपनी मंजिल रब च अपेद हो जावांगे। ई अज दे वचन मेरे धार्मिक चिन्हां ने तेरा सुबारना नहीं, जिन्ना चिर मालक दे हुक्म उहदे नाम नाम नाल जुड़ जाए। आखिरी वचन, नानक सच्चे नाम बिन क्या टिक्का क्या पग, हे नानक सच्चे परमेश्वर की सिफत सलाह तो बिना, भावें जनेऊ भावें तिलक। अज दे संदर्भ दे विच सिक्खी दे चिन्ह ने, भावें इस्लाम मत दे ने, भावें हिंदू मत, भावें ईसाई मत, सारे ही आ जाते ने। कल्ले चिन्ह होण शुकर ना होवे परवान नहीं, नानक सच्चे नाम बिन क्या टिक्का क्या पग। अगला जिहड़ा श्लोक है ना, लख नेकियां चंगियाईयां बड़े धर्म कर्म मनुख करदा है, व्यर्थ कदों हुंदे ने, इहदे बारे कल विचार करांगे। पुन्नम की मां फतेह बुलाओ जी, वाहिगुरु जी का।